ਮੈਸੇਜ ਤੇ ਜਾਫੀਆਂ ਨੂੰ ਐਲਈਡੀਆਂ ਦਿੱਤੀਆਂ ਜਾਣਗੀਆਂ ਵੱਡੇ ਮਾਨ ਹੈ ਸਾਡੇ ਭਾਈ ਬਿੱਟੂ 25 ਤਰੀਕ ਜਿਹੜੀ ਆਤਮਾ ਬੁੱਢੇ ਵਾਲ ਦਾ ਖਾਣਾ ਲੱਗਣਾ ਹੈ ਉਹ ਵੀ ਸਾਡੇ ਭਰਾ ਪੁੱਜੇ ਬੱਲ ਪਿੰਡ ਲੱਗੇ ਹੀ ਇੱਥੋਂ ਕੋਈ ਜ਼ਿਆਦਾ ਦੂਰ ਨਹੀਂ ਹਰ ਸਾਲ ਵੱਡਾ ਟੂਰਨਾਮੈਂਟ ਕਰਾਉਂਦੇ ਸਾਡੇ ਭਰਾ ਪੁੱਜੇ ਧੰਨਵਾਦ ਹੈ ਉਹ ਮੈਚ ਸ਼ੁਰੂ ਹੈ ਉਟਾ ਉਮਰੀਆਣਾ ਜੀ ਲਾਓ ਵਕੀਲਾਂ ਵਾਲੀਆ ਸੁਖਾ ਕਹਿੰਦੇ ਤਿਆਰੀ ਕਰਕੇ ਆਇਆ ਹੋਇਆ ਮਲ ਦਾ ਭਤੀਜਾ ਪਹਿਲੀ ਰੇਡ ਦੇ ਉੱਪਰ ਵੇਖੋ ਐਨ ਪੰਜਾਂ ਦੀ ਭੰਮੀਰੀ ਵਾਂਗੂ ਘਕਾਤਾ ਬਜ਼ੁਰਗੋ ਲੱਗਦਾ ਮੈਨੂੰ ਆਓ ਸਾਹਮਣੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਪਹਿਲੀ ਚੋਰੀ ਤੇ ਬਜ਼ੁਰਗੋ ਪਹਿਲਾ ਫਾਹਾ ਲੱਗ ਗਿਆ ਆਓ ਸਾਹਮਣੇ ਜਫਾ ਵਕੀਲਾਂ ਵਾਲੀਏ ਸੁਖੇ ਦਾ ਮੇਰੇ ਪੰਜਾਬੀ ਵੀਰੋ ਅਗਲੀ ਰੇਡ ਕਾਲੋਂ ਦਾ ਪੁੱਤਰ ਕਹਿੰਦੇ ਕਬੱਡੀ ਪਾਉਣ ਚੱਲਿਆ ਜਿਹਨੇ ਕਬੱਡੀ ਦਾ ਬੂਟਾ ਇਸ ਇਲਾਕੇ ਵਿੱਚ ਲਾਇਆ ਜਿਹਨੇ ਗਗਨ ਨੂੰ ਸਟਾਰ ਬਣਾਇਆ ਜਿਹਨੇ ਨੈਲੇ ਨੂੰ ਸਟਾਰ ਬਣਾਇਆ ਜਿਹਨੇ ਕੀਪੇ ਨੂੰ ਸਟਾਰ ਬਣਾਇਆ ਜਿਹਨੇ ਚੰਨੀ ਵਰਗੇ ਪੱਪੂ ਵਰਗੇ ਸ਼ੇਰੇ ਵਰਗੇ ਨੈਲੇ ਵਰਗੇ ਇੰਦਰਜੀਤ ਵਰਗੇ ਪਿੱਤੇ ਵਰਗੇ ਮੰਨੀ ਵਰਗੇ ਸਟਾਰ ਬਣਾਤੇ ਲਓ ਸਾਹਮਣੇ ਕਹਿੰਦੇ ਮੁਕਾਬਲਾ ਇਹ ਆ ਗੁਰਜੰਟ ਖੰਡੂਰ ਸਾਹਿਬ ਦੀ ਧਰਤੀ ਦਾ ਕਿ ਗੁਰਮਾ ਸਾਨੂੰ ਦਿੱਤਾ ਇਹ ਵਰਦਾਨ ਕਬੱਡੀ ਦਾ ਪੂਜਣ ਯੁੱਗ ਹੁੰਦਾ ਜੰਗ ਮੈਦਾਨ ਕਬੱਡੀ ਦਾ ਹਰ ਮਾਂ ਦੀ ਇੱਛਾ ਕਿ ਉਹਦਾ ਪੁੱਤ ਬਣੇ ਕਪਤਾਨ ਕਬੱਡੀ ਦਾ ਦੁੱਲਾ ਆ ਗਿਆ ਕਬੱਡੀ ਪਾਉਂਦੇ ਉੱਧਰ ਸਾਡੇ ਡਾਕਟਰ ਭੁੱਟੋ ਜੀ ਸਰਪੰਚ ਮਾਸ਼ੀਆ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਧੰਨਵਾਦ ਡਾਕਟਰ ਭੋਲਾ ਜੀ ਸਾਡੇ ਦੋਧੀ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ ਦਰਸ਼ਕ ਵੀਰੋ ਆਹ ਮੈਚ ਵੀ ਜਮਾ ਕਹਿੰਦੇ ਟਿਕਾਣੇ ਦਾ ਹੈ ਉੱਧਰ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਦਾ ਵੱਡਾ ਧੰਨਵਾਦ ਜਿਹੜੇ ਗੁਰੂ ਘਰ ਦੀ ਸੇਵਾ ਕਰ ਰਹੇ ਹੈ ਲਓ ਦੇਖੋ ਚਾਰ ਜਾਫੀ ਹੈ ਸੁੱਖੇ ਨੇ ਕਹਿੰਦੇ ਪਹਿਲਾ ਜੱਫਾ ਲਾਇਆ ਤੇ ਤਸੱਲੀ ਕਰਾ ਦਿੱਤੀ ਹੈ ਗਗੜੇ ਵਾਲੇ ਨੇ ਕਹਿੰਦੇ 69-11 ਜਿੱਤ ਕੇ ਦੁਨੀਆ 'ਚ ਰਿਕਾਰਡ ਪੈਦਾ ਕੀਤਾ ਹੈ ਜਸ ਸਦਾ ਲਈ ਛੱਡ ਕੇ ਚਲਾ ਗਿਆ ਹੈ ਗਗੜੇ ਵਾਲਾ ਕਹਿੰਦੇ ਵੀ ਟਰਾਈ ਕਰ ਰਿਹਾ ਪਰ ਨੰਬਰ ਧਾਵੀ ਦੇਸੇ ਹੈ ਲਓ ਹਰਦਾਸੇ ਵਾਲਾ ਸਾਧੂ ਸਗਰੇ ਆਪ ਕਬੱਡੀ ਖੇਡੀ ਹੈ ਪਰ ਆਹ ਦੇਖੋ ਸਾਹਮਣੇ ਦੋ ਪੁੱਤਰ ਕਬੱਡੀ ਖੇਡਦੇ ਹੈ ਦੁਨੀਆ ਦੇਖ ਰਹੀ ਪੰਜਾਬ ਲਾਈਵ ਬੰਦ ਉੱਤੇ ਵੀ ਦੁਨੀਆ ਨੇ ਕਹਿੰਦੇ ਨਜ਼ਾਰੇ ਵੱਖਰੇ ਲਏ ਹੋਏ ਹੈ ਇਹ ਗਿੰਦਰ ਹੈ ਥੰਦੇ ਪਿੰਡ ਇਸ ਨੌਜਵਾਨ ਦਾ ਆਪਣੀ ਟੀਮ ਦੇ ਇਸੇ ਨੰਬਰ ਜੋੜਦਾ ਹੋਇਆ ਬੂਟਾ ਜੀ ਆਈਏ ਰਾਜਵੀਰ ਸਿੰਘ ਵਾਲ ਜੀ ਮਾਈਕ ਤੇ ਆ ਜਾਓ ਹਾਂ ਸਾਹਮਣੇ ਕਬੱਡੀ ਦੇ ਮੈਦਾਨ ਦੇ ਵਿੱਚ ਪੈਰੀ ਰੇਡ ਹੈ ਲਓ ਸਾਹਮਣੇ ਚਾਰ ਜਾਫੀ ਤਿਆਰ ਨੇ ਵਕੀਲਾਂ ਵਾਲੀਆ ਸੋਨੀ ਤਿਆਰ ਹੈ ਕਾਰਾ ਮਾਨਕਪੁਰੀਆ ਖੜਾ ਨਾਲ ਦੇ ਨਾਲ ਆ ਇਹ ਕਾਰਾ ਮਾਨਕਪੁਰ ਦੀ ਧਰਤੀ ਦਾ ਨੌਜਵਾਨ ਲਓ ਸਾਹਮਣੇ ਸੁਰਿੰਦਰ ਮਾਨਕ ਦੀਆਂ ਗੱਲਾਂ ਨੇ ਕੁਲਵੀਰ ਲਾਲਾ ਜੀ ਦੀਆਂ ਗੱਲਾਂ ਨੇ ਈਰਥ ਵੁਲਫ ਦੀ ਖੇਡ ਕਲੱਬ ਹੈ ਆਓ ਸਾਹਮਣੇ ਅੱਜ ਵੱਡੇ ਸਨਮਾਨ ਦਿੱਤੇ ਜਾਣੇ ਆ ਇੱਕ ਬੰਨੇ ਕਾਰਾ ਮਾਨਕਪੁਰੀਆ ਤੇ ਦੂਸਰੇ ਬੰਨੇ ਗੁਰਦਾਸ ਪੁਰੀਆ ਹੰਦਿਆਂ ਦੇ ਲਾਗੇ ਫਾਟਕ 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 ਬੰਦ ਕਰਨ ਵਾਲੀ ਗੱਲ ਕਰਦੀ ਪਰ ਰੇਡਰ ਦਾ ਆਹ ਖਿਡਾਰੀ ਦਾ ਕਹਿੰਦੇ ਇਲਾਕਾ ਜਿਹੜਾ ਹੈ ਉਹ ਜ਼ਿਲ੍ਹੇ ਫਰੀਦਕੋਟ ਦਾ ਇਲਾਕਾ ਹੈ ਬਾਬੇ ਫਰੀਦ ਦੀ ਧਰਤੀ ਹੈ ਜਿਉਣ ਵਾਲਾ ਪਿੰਡ ਹੈ ਜਿੱਥੋਂ ਦੇ ਜਗਤਾਰੋਂ ਦੀ ਸਾਉਣ ਬੜੀ ਮਸ਼ਹੂਰ ਹੈ ਹਾਂ ਇਹ ਨੌਜਵਾਨ ਜਿਉਣ ਵਾਲੀ ਆ ਸੁੱਖਾ ਖੇਡ ਮੈਦਾਨ ਵਿੱਚ ਫਰੀਦਕੋਟੀਆ ਕਬੱਡੀ ਪਾ ਰਿਹਾ ਇੱਕ ਬੰਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਤੇ ਦੂਸਰੇ ਬੰਨੇ ਫਰੀਦਕੋਟ ਹੈ ਪਰ ਆਹ ਖਿਡਾਰੀ ਦਾ ਕਹਿੰਦੇ ਜਿਹੜਾ ਏਰੀਆ ਹੈ ਖੰਡੂਰ ਸਾਹਿਬ ਦਾ ਏਰੀਆ ਸ੍ਰੀ ਗੁਰੂ ਅੰਗਦ ਦੇਵ ਜੀ ਉਹਨਾਂ ਦੀ ਵੱਡੀ ਦੇਣ ਹੈ ਮੱਲ ਅਖਾੜਾ ਖੇਡ ਸਟੇਡੀਅਮ ਤੇ ਵੱਡੇ ਮੈਚ ਹੁੰਦੇ ਹੈ ਲਓ ਸਾਹਮਣੇ ਮਿਆਦੀਆਂ ਵਾਲਾ ਨੌਜਵਾਨ ਮਹਿੰਦੀ ਤੇ ਮਾਈਕ ਦੇ ਉੱਪਰ ਰਾਜ ਜੀ ਗੱਲ ਕਰਨਗੇ ਇਸ ਨੌਜਵਾਨ ਲਾਵੇ ਇਧਰਲੇ ਪਾਸੇ ਮਹਿੰਦੀ ਨੌਜਵਾਨ ਕਬੱਡੀ ਪਾ ਰਿਹਾ ਮਣਿਆ ਦੀਆਂ ਕਲਾਂ ਵਾਲਾ ਇਧਰਲੇ ਪਾਸੇ ਸੁੱਖਾ ਇੱਕ ਪਾਸੇ ਨਾਲ ਬਿੱਲਾ ਹੈ ਨਾਲ ਕੀਪਾ ਦੀ ਇੱਕ ਪਾਸੇ ਸੋਨੀ ਹੈ ਨੌਜਵਾਨ ਚਾਰ ਜਾਫੀਆਂ ਵਿੱਚ ਦੇਖਦੇ ਵੀ ਇਧਰ ਸੋਨੀ ਵਕੀਲਾਂ ਵਾਲੀ ਹੱਥ ਜੋੜੀਆਂ ਹੋਈਆਂ ਦੇ ਪੁਆਇੰਟ ਜਿਹੜਾ ਬਾਬਾ ਬੁੱਢਾ ਕਲੱਬ ਰਵਿਦਾਸ ਦੀ ਟੀਮ ਦੇ ਖੰਤ ਵਿੱਚ ਜੁੜ ਗਿਆ ਪੁਆਇੰਟ ਲਓ ਹਰਦਿਆਲ ਹਰਦਾਸੇ ਪਿੰਡ ਵਾਲਾ ਨੌਜਵਾਨ ਇਸ ਸਮੇਂ ਕਬੱਡੀ ਪਾ ਰਿਹਾ ਹੈ I-20 ਗੱਡੀ ਦੇ ਨਾਲ ਮਾਣ ਸਨਮਾਨ ਹੋਇਆ ਇਸ ਗੱਭਰੂ ਦਾ ਉਰਲੀ ਕੰਨੀ ਦੇ ਗੁਲਾਬਾਂ ਹੈ ਨੌਜਵਾਨ ਮੇਰੇ ਵੀਰੋ ਲਓ ਦੇਖਦੇ ਵੀ ਨਾਲ ਥੰਦ ਗਿਆ ਗਿੰਦਰ ਤੇ ਇਧਰਲੇ ਪਾਸੇ ਦੇਖੀਏ ਆਹ ਨੌਜਵਾਨ ਇੱਧਰ ਗੁਰਜੰਟ ਖੰਡੂਰ ਸਾਹਿਬ ਗਿਆ ਲਓ ਡੱਕਣ ਦੀ ਗੱਲ ਕਰਦਾ ਤੇ ਪੁਆਇੰਟ ਧਾਵੀ ਦੇ ਖੰਤ ਵਿੱਚ ਜੁੜ ਗਿਆ ਆਹ ਵੀ ਨੌਜਵਾਨ ਹੈ ਗੱਭਰੂ ਆ ਪਾਹਾ ਕਬੱਡੀ ਲਓ ਖੇਡ ਮੈਦਾਨ ਵੀ ਦੇਖੀਏ ਸਾਹਮਣੇ ਨੌਜਵਾਨ ਕਬੱਡੀ ਪਾਉਣ ਲਈ ਵਾਧਾ ਹੋਇਆ ਇਧਰਲੇ ਪਾਸੇ ਕਬੱਡੀ ਪੈ ਚੁੱਕੀ ਹੈ ਲਓ ਬਾਵੀ ਨੌਜਵਾਨ ਕਬੱਡੀ ਪਾਉਂਦਾ ਹੈ ਚਾਰ ਜਾਫੀਆਂ ਦੇ ਵਿੱਚੋਂ ਦੇਖਾਂਗੇ ਕਿਹੜਾ ਨੌਜਵਾਨ ਡੱਕ ਪਾਵੇਗਾ ਕਿਹੜਾ ਰੱਖ ਪਾਵੇਗਾ ਅੱਜ ਸ਼ੀਹਾਂ ਪਾੜੀ ਦੀ ਧਰਤੀ ਲੱਗੀਆਂ ਹੋਈਆਂ ਰੌਣਕਾਂ ਮੇਰੇ ਵੀਰੋ ਲਓ ਚਾਰ ਜਾਫੀਆਂ ਦੇ ਉੱਪਰ ਬੋਲਿਆ ਹੋਇਆ ਧਾਵਾ ਇਸ ਗੱਭਰੂ ਦਾ ਹੈ ਉਧਰ ਬਾਬੇ ਮਸਤ ਮੋਤੀ ਸ਼ਾਹ ਜੀ ਦੀ ਕੋਠੀ ਵਾਲੇ ਜਦ 30ਵਾਂ ਸਾਲਾਨਾ ਜੋੜ ਮੇਲਾ ਸੱਭਿਆਚਾਰਕ ਮੇਲਾ 24 ਤੇ 25 ਅਕਤੂਬਰ ਮੇਰੇ ਵੀਰੋ ਬੁੱਧਵਾਰ ਤੇ ਵੀਰਵਾਰ ਨੂੰ ਪਿੰਡ ਬਲ ਦੀ ਧਰਤੀ ਦੇ ਜਿਹੜਾ ਹੋਵੇਗਾ ਉੱਥੇ ਮਾਂ ਖੇਡ ਕਬੱਡੀ ਦੇ ਜਿਹੜੇ ਮੈਚ 24 ਤਰੀਕ ਨੂੰ ਕਰਵਾਏ ਜਾਣੇ ਬੈਸਟਾਂ ਨੂੰ ਐਲਈਡੀਆਂ ਦਿੱਤੀਆਂ ਜਾਣਗੀਆਂ ਔਰ ਸਾਰੀ ਸੰਗਤ ਨੋਟ ਕਰੀਏ ਮੇਰੇ ਵੀਰੋ ਐਲਈਡੀਆਂ ਜਾਣਗੀਆਂ ਬੱਲਾਂ ਦਾ ਮੇਲਾ ਸਾਡੇ ਜਸਵੰਤ ਬਲ ਹੋਰੀ ਮੰਨੇ ਸ਼ਾਹ ਵਾਲੀ ਇਹਦੀਆਂ ਗੱਲਾਂ ਸਾਡੇ ਬਿੱਟੂ ਵੀਰ ਹੋਰੀ ਸਾਰੀ ਪ੍ਰਬੰਧ ਕਮੇਟੀ ਨਾਲ ਮਿਲ ਕੇ 24 ਤਰੀਕ ਨੂੰ ਵੱਡੀਆਂ ਰੌਣਕਾਂ ਲਾਉਣਗੇ ਤੇ ਜੋਗੇ ਵਾਲੇ ਦੇ ਵਕੀਲਾਂ ਵਾਲੇ ਦਾ ਮੈਚ
पूरी दुनिया में जीतिया इतिहासक मैच खेडिया गया सीगा पिछले साल बल्लां दी धरती ते ते इस साल भी जिहड़े वड्डे इतिहास है वह बल्लां दे विच रजे जाणगे साडे वीर सद्दे दे रहे हैं। लाओ सामने लुद्दड़ आ गया मेरे पंजाबी वीरो, लाओ लुद्दड़ करियाले वाले दी रेड है। दो जाफी कहिंदे ओह पिंड दे है जिहड़े पिंड दा सूबा खेड कबड्डी दा महान रहा है, बलकार रही रहे ने साडे वीर जिहड़े पिंड दे कहिंदे मल दीआं गल्लां चलीआं ने। गुरसेवक फेरोकिया वाला पम्मा साडा कार बाजार वाला बाई टीटू होरी, बाई जगराज होरी, बाई जग्गू होरी ते नाल साडा वीर नीडे होरी कहिंदे आनंद माणदे आ पंजाब लाइव नंबर 1 दे उपर। लाओ सामने नौजवान जिहड़े पिंड दीआं गल्लां कहिंदे कुलदीप आस्ट्रेलिया वाला, गुरविंदर आस्ट्रेलिया साडे उमरियाणे वाले वीर ओह वी इस साल वड्डे सद्दे दे रहे हैं। 6 तरीक नूं वड्डा कबड्डी कप ते लाओ धर्मकोटीए लखे दी रेड, सरबजीत मान उमरियाणा सुरेंद्र वैरकोरी गल्लां करनगे इस साल। लाओ रेड पै चुकी लखे धर्मकोटीए दी, माइक ते राज साडा वीर। लाओ इधरले पासे देखदे वी लखा धर्मकोटीए कबड्डी पा रहे खेड मैदान विच के नाल लखा पिंड धर्मकोट जी खरे खरे जाफियां तो आउंदा नहीं लोट पई। इधरले पासे खंडूर साहिब गया ते लाओ धर्मकोटीए होई पई बल्ले बल्ले बल्ले, वाह नहीं रिसा ए धर्मकोटीए लखा नौजवान पॉइंट जिहड़ा अपनी टीम दे खत विच जोड़दा है। चल भी मनदीप सिंह नौजवान पा कबड्डी के विच गहरे झल्लां दे बब्बर शेर ना रहंदे गुजे, ओए कौन ठल्लू ठल्लू तूफाना नूं सागर बंद ना हुंदे कुजे। गगड़े वालिया की ख्याल है नौजवाना है रादा कीपा, वाह ओए कीपिया वाह ओए कीपिया कीपा जोगे वालिया सिंह सजिया होया है। आ सामने जफा लग चुके है ये भी कानू दा चंडिया होया है। कुलवीर लाले होरी सुरेंद्र मानकोरी साडे वड्डे वीर ने मां खेड कबड्डी जिवें कहिंदे बाबा सुखचैन आणा साहिब कबड्डी क्लब दी गल फगवाड़े दी खेड क्लब है जिहदी टीम दे कहिंदे मान है गगन जोगे वाली आ सुखे भणाल होरी एक मठूर होरी नैले वर्गे साडे वीर बाकी परमजीत पुरीए वर्गे शेर ने और उसे खेड क्लब नूं रन करदे आ साडे सुरेंद्र मानक जी कुलवीर लाला जी। इस साल इस कबड्डी कप दा पहला प्राइज उहनां वीरां वल्लों दित्ता जाणा है। आ वी नौजवान म्याद दीआं कलां वाले पा कबड्डी ये भी कहिंदे सिंह है राज रोया मजदूर ने धा मारी कंध गारे दी टलके जान लगी इटा कहंदियां सन सानू ना लायो तेसी उना दे बने उड़ान लगी के भज गारे दे भज जलाद आया आके मांगजरी नू कहन लगा कि जेड़ा जोड़ा मासूमा दा रह गया सी मैनू लगदा ओह भी नहीं रहन लगा, उठ के वेख माए भोड़िए तेरे बेटे दे बेटे जा रहे ने जिन्हां नू रेशम विच लपेट के रख दी सै अज इटा विच लपेटे जा रहे ने, अज इटा विच लपेटे जा रहे ने। लो इधरले पासे देखिए भी सुख नौजवान अगली कबड्डी पा रहे हैं। उधर सुखदेव सिंह जी खोसा साहब उन्हां दा वड्डा धन्नवाद है जी आखदे हैं और देखदे भी इधरले पासे कबड्डी पैंदी है। ए नौजवान भिंदा कोड़ करोड़िया दसदा है भी पॉइंट जिहड़ा गुरबख्श सिंह डीपी साहब दी टीम दे खत विच गया। मैं टीमां राज जी 70 दीआं टीमां ने कोड़ करोड़ ते सनेहर मैनूं लगदा है फाइनल दे विच पुज्जियां ने। बेनती है भी जल्दी नाल ओह आ जाणगियां और रूबी खेड मैदान विच कबड्डी पा रहा है। 70 तों बाद एक मैच होना जोगे वाले दा ते फ्रेंड जी कबड्डी क्लब जीरे दी खेड क्लब जिहड़ी क्लब साडे सुखदेव सिंह जी खोसा साहब होरां ने कबड्डी दी होंद विच लैके आंदी ओह टीम दा मैच होना है। जाण वाली आ सुखा फरीदा खाक ना निंदीए ते खाक जेठ ना कोई जीव दे पैरां थले ते मोया उपर होए फरीदकोट दी धरती दा नौजवान एन कहिंदे गुरप्यार कलेर होरां दा इलाका है साडे वीर प्रगट होरां दा इलाका है रणजीत होरां दा इलाका है। लाओ जाण वाली आ सुखा इस समय कबड्डी पा रहा है ठांड्यां वाला गिंदर श्री अमृतसर साहिब दी धरती है अमृतसर लै जावे जल्लियां वाला बाग देख लैणगे गोलियां दे लगे होए दाग देख लैणगे सीधा कर लैणगे सच्चियां सरोवरां नूं कि मुड़ जा बीबा अपने घरां नूं मुड़ जावे मुड़ जा बीबा अपने घरां नूं। इधरले पासे देखिए भी लुद्दर नौजवान कबड्डी पा रहे हैं एक संदीप एक आ लुद्दर नौजवान समीर रविदास वाला कबड्डी पा रहे हैं। लो चार जाफियां दे विचों आए गगड़े दी धरती दा बिल्ला मेरे वीडियो इस समय डकन दी गल करदा होया है पर देखो सफलता धाबी दे कदम चुमदी या जी याफी दे चुमदी है गगड़े पिंड वाला आ ओए हरदयाल हरदासे वालिया शेरा जांदार है तैयारी करवाई है साडे हुण कहांगे मैं पहला भी कहा भी घर तो बिना सुनेर भी साहब गति नहीं पिता ने फिर थापड़ा देता ते कहिंदे हरदयाल फिर पहला वर्गा रेडर हो गया। लाओ सामने थांदे वाला ते हरदयाल प्यो प्यो ही हुंदा है
ਪਿਓ ਪਿਓ ਹੀ ਹੁੰਦਾ ਹੈ ਕਿਉਂਕਿ ਮਾਪਿਆਂ ਵਰਗੀ ਸ਼ਾਨ ਨਹੀਂ ਮਿਲਦੀ। ਆਓ ਸਾਹਮਣੇ ਰੇਡ ਕਬੱਡੀ ਦੇ ਮੈਦਾਨ ਦੇ ਵਿੱਚ ਪੈ ਚੁੱਕੀ ਹੈ। ਆਓ ਸਾਹਮਣੇ ਚਾਰ ਜਾਫੀ ਤਿਆਰ ਨੇ ਕਿ ਮਾਂ ਮਰੇ ਤਾਂ ਮੁੱਕ ਜਾਣ ਮਾਪੇ, ਪਿਓ ਮਰੇ ਘਰ ਵਿਹਲਾ, ਜਿਸ ਦਿਨ ਵੀਰ ਪਿਆਰੇ ਤੁਰ ਜਾਣ ਉੱਜੜ ਜਾਂਦਾ ਹੈ ਵਿਹਲਾ। ਜੋ ਹੈ ਮਾਂ ਪਿਓ ਕਰਕੇ ਹੈ, ਜੋ ਹੈ ਭੈਣ ਭਰਾਵਾਂ ਕਰਕੇ ਹੈ, ਜਾਂ ਰੱਬ ਵਰਗੇ ਉਹਨਾਂ ਕੋਚਾਂ ਕਰਕੇ, ਜੋ ਹੈ ਇਹਨਾਂ ਮੈਦਾਨਾਂ ਵਿੱਚ ਮਾਣ ਸਨਮਾਨ ਮਿਲਦੇ ਹੈ, ਇਹ ਸਾਰੇ ਸਤਿਕਾਰਯੋਗ ਨੇ। ਆਹ ਖਿਡਾਰੀ ਕਹਿੰਦੇ ਅੱਤ ਦੀ ਗਰੀਬੀ ਹਟਾ ਕੇ ਕਬੱਡੀ ਦਾ ਸਟਾਰ ਬਣਿਆ, ਰਾਜਾਂ ਵਾਲਾ ਪਿੰਡ ਆ ਤੇ ਇਹਨੂੰ ਤਰਾਸ਼ਿਆ ਸਾਡੇ ਡੀਪੀ ਸਾਹਿਬ ਨੇ। 2011 ਦਾ ਸਾਲ, ਕਾਲੋਂ ਸਾਹਿਬ ਅਜੇ ਵੀ ਦਿਲ ਦੀਆਂ ਡਾਇਰੀਆਂ ਤੇ ਲਿਖਿਆ ਜਦੋਂ ਪਹਿਲੇ ਸਾਲ ਗਗਨ ਜੋਗੇ ਵਾਲੀ ਆ। ਆਹ ਖਿਡਾਰੀ ਤੇ ਨੈਲੇ ਹੋਰੀ ਗਏ ਕੈਨੇਡਾ, ਉਧਰਲੇ ਬੰਨੇ ਨਵੇਂ ਪਿੰਡੀਆਂ ਨਾਲ ਟੱਕਰ ਹੈ ਤੇ ਪੁਆਇੰਟ ਰੇਡਰ ਦੇ ਉੱਤੇ ਜੁੜਦਾ ਹੋਇਆ। ਮੈਂ ਵੀ ਰਾਜ ਕਰੀ ਮਿਆਦੀਆਂ ਵਾਲੇ ਦੀ ਗੱਲ ਪੈਂਦੀ ਹੋਈ ਰੇਡ ਦੀ ਲਾਵੇ ਦੇ ਪਾਸੇ ਮਹਿੰਦੀ ਨੌਜਵਾਨ ਹੈ। ਸਮੇਂ ਕਬੱਡੀ ਪਾਉਣ ਦੇ ਲਈ ਵਾਧਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ, ਲਓ ਸਾਹਮਣੇ ਨੌਜਵਾਨ ਗੱਭਰੂ ਦੀ ਕਬੱਡੀ ਪੈ ਚੁੱਕੀ। ਅਗਲੀਆਂ ਟੀਮਾਂ ਵਜਨੀ ਕਬੱਡੀ ਦੇ ਫਾਈਨਲ ਦੀਆਂ ਟੀਮਾਂ ਜਲਦ ਖੇਡ ਗਰਾਊਂਡ ਦੇ ਵਿੱਚ ਆ ਜਾਣ ਮੇਰੇ ਵੀਰ। ਸ਼ਾਮਾਂ ਢਲਦੀਆਂ ਜਾ ਰਹੀਆਂ ਨੇ ਤੇ ਮੈਚ ਬੜੇ ਤਗੜੇ ਮੇਰੇ ਵੀਰ ਇਧਰਲੇ ਪਾਸੇ ਦੇਖਦੇ ਆ। ਮਹਿੰਦੀ ਦੀ ਪੈਫਿਕ ਵੱਡੀ ਹੈ, ਕਾਲਾ ਨੌਜਵਾਨ ਇੱਕ ਪਾਸੇ ਆ, ਨੌਜਵਾਨ ਡੱਕਣ ਦੀ ਗੱਲ ਕਰਦਾ ਪਰ ਹੱਥ ਜੋੜੀਆਂ ਕੀਪੇ ਦੇ ਨਾਲ ਹੋਈਆਂ ਤੇ ਪੁਆਇੰਟ ਮਹਿੰਦੀ ਨੌਜਵਾਨ ਰਵਿਦਾਸ ਦੀ ਟੀਮ ਦੇ ਖੱਤ ਵਿੱਚ ਜੋੜਦਾ ਹੈ। ਲੱਖਾਂ ਕਬੱਡੀ ਪਾ ਰਹੇ ਆ ਮੇਰੇ ਵੀਰ। 70 ਦੀਆਂ ਟੀਮਾਂ ਜਿਹੜੀਆਂ ਆ ਜਾਣਗੀਆਂ 13 ਨਵੰਬਰ ਸ਼ਾਹ ਵਾਲੇ ਵਿੱਚ ਰੌਣਕਾਂ ਲੱਗਣੀਆਂ। 31 ਤੇ 51 ਪ੍ਰਾਈਜ਼ ਹੈ, ਜਿਹੜੇ ਬੈਸਟ ਆਉਣਗੇ ਉਹਨਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ। 16 ਟੀਮਾਂ ਜਿਹੜੀਆਂ ਬੁੱਕ ਕੀਤੀਆਂ ਖੇਡਣਗੀਆਂ, ਬਿੱਲਿਆ 4 ਖਿਡਾਰੀ ਜਿਹਦੇ ਵਿੱਚ ਬਾਹਰ ਦੇ ਖੇਡਣਗੇ। 16 ਟੀਮਾਂ ਬੁੱਕ ਕੀਤੀਆਂ ਤੇ 4 ਖਿਡਾਰੀ ਬਾਹਰ ਦੇ ਖੇਡਣਗੇ ਔਰ ਬੈਸਟਾਂ ਨੂੰ ਮੋਟਰਸਾਈਕਲ। ਸਾਡੇ ਗੁਰਸੇਵ ਸਿੰਘ ਜੀ ਸੰਧੂ ਸ਼ਾਹ ਵਾਲਾ, ਬਾਬਾ ਕਾਲਾ ਮਹਿਰ ਜੀ ਸਪੋਰਟਸ ਕਲੱਬ ਵਾਲੇ ਵੀਰ ਸਾਰੇ ਨਗਰ ਨਾਲ ਮਿਲ ਕੇ ਸੱਦੇ ਦੇ ਰਹੇ ਹੈ ਵੀ 13 ਨਵੰਬਰ ਨੂੰ ਜਿਹੜੀਆਂ ਰੌਣਕਾਂ ਉਹ ਸ਼ਾਹ ਵਾਲੇ ਵਿੱਚ ਲੱਗਣਗੀਆਂ। ਲਓ ਕਾਰਾ ਮਾਨਕਪੁਰੀਆ ਨੌਜਵਾਨ ਜੱਫਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਜੱਫਾ ਲੱਗ ਗਿਆ। ਗੀਤਾ ਆਪਣੀ ਖੇਡੀ ਹੋਈ ਕਬੱਡੀ ਵਿੱਚੋਂ, ਖੇਡੀ ਕਬੱਡੀ ਦੇ ਤਜਰਬੇ ਵਿੱਚੋਂ ਕਹਿੰਦੇ ਜਿਵੇਂ ਫੈਸਲੇ ਦੇ ਰਿਹਾ ਇਹਨੂੰ ਭੀਮਾ ਕਹਿੰਦੇ ਆ, ਕਾਲੋਂ ਦਾ ਪੁੱਤਰ ਹੈ ਮੇਰੇ ਪੰਜਾਬੀ ਵੀਰੋ। ਪਿਤਾ ਖੜਾ ਹੈ ਗੱਜ ਚੌੜੀ ਛਾਤੀ ਵਾਲਾ, ਭੀਮਾ ਆ ਗਿਆ ਕਬੱਡੀ ਪਾਉਣ। ਐਨ ਕਹਿੰਦੇ ਸਰੀਰ ਵੀ ਪ੍ਰਦਰਸ਼ਨੀ ਹੈ ਤੇ ਪਿੰਦਿਆ ਨਾਮ ਵੀ ਬੜਾ ਅਲੱਗ ਜਿਹਾ, ਭੀਮਾ ਕਹਿੰਦੇ ਆ। ਇੱਕ ਭਾਰਤ ਕਹਿੰਦੇ ਭਾਰਤ ਦਾ ਮਹਾਬਲੀ ਭੀਮ ਹੋਇਆ, ਹੜ ਜਾ ਪਾਸੇ ਕਿੱਥੇ 69 11 ਕਿੱਥੇ 35 11 ਪਰੇ ਹੋ ਗਏ ਰਹਿ ਯਾਰ। ਅੱਜ ਕਹਿੰਦੇ ਜੋਗੇ ਵਾਲੇ ਦੀ ਧਰਤੀ ਤੇ ਰੇਡਾਂ, ਡੀਪੀ ਸਾਹਿਬ ਐਂ ਪਹਿਣਗੀਆਂ। ਛੀਆਂ ਬਾੜੀ ਤੇ ਜੋਗੇ ਵਾਲੇ ਦਾ ਕੋਈ ਜ਼ਿਆਦਾ ਫਰਕ ਨਹੀਂ ਕਹਾਂਗੇ ਅੱਜ, ਕਿਉਂਕਿ ਇਸ ਨਗਰ ਦੇ ਖਿਡਾਰੀ ਉਹ ਪਿੰਡ ਲਈ ਖੇਡਦੇ ਆ। ਲਓ ਸਾਹਮਣੇ ਕਹਿੰਦੇ ਲੁੱਧਰ ਦੀ ਰੇਡ ਤੇ ਮਾਈਕ ਤੇ ਰਾਜ। ਲਓ ਇਧਰਲੇ ਪਾਸੇ ਲੁੱਧਰ ਨੌਜਵਾਨ ਕਬੱਡੀ ਪਾ ਰਿਹਾ ਹੈ। ਵਜਨੀ ਕਬੱਡੀ ਦੀਆਂ ਟੀਮਾਂ ਨੂੰ ਲਾਸਟ ਕਾਲਾ ਮੇਰੇ ਵੀਰ, 1 ਮਿੰਟ ਤੋਂ ਪਹਿਲਾਂ ਦੋਨੇ ਟੀਮਾਂ ਗਰਾਊਂਡ ਵਿੱਚ ਆ ਜਾਣ। ਅਗਲੀ ਮਾਈਕ ਦੇ ਉੱਪਰ ਗੱਲ ਸਾਡਾ ਵੱਡਾ ਵੀਰ ਗੁਰਚਰਨ ਸਨੇਵੀ ਸਾਹਿਬ। ਦੋਨੇ ਟੀਮਾਂ ਨੂੰ ਬੇਨਤੀ ਆ ਵਜਨੀ ਕਬੱਡੀ ਦੀਆਂ ਯਲਦ ਗਰਾਊਂਡ ਦੇ ਵਿੱਚ ਆ ਜਾਣ ਮੇਰੇ ਵੀਰ। 24 ਤੇ 25 ਤਰੀਕ ਬੱਲਾਂ ਦੀ ਹੋਵੇਗੀ ਮੇਰੇ ਵੀਰ, 24 ਤਰੀਕ ਨੂੰ ਜਿਹੜੇ ਕਬੱਡੀ ਓਪਨ ਦੇ ਮੈਚ ਹੋਣਗੇ। ਬੈਸਟ ਧਾਮੀ ਦੇ ਜਾਫੀਆਂ ਨੂੰ ਐਲਈਡੀਆਂ ਦਿੱਤੀਆਂ ਜਾਣਗੀਆਂ। ਲਓ ਇਧਰਲੇ ਪਾਸੇ ਦੇਖਦੇ ਆ ਸੁੱਖਾ ਜਾਉਣ ਵਾਲੀਆਂ ਤੇ ਗਿੰਦੁਰਥਾਂ ਦੀ ਇਹਦੀ ਟੱਕਰ ਹੋ ਗਈ ਮੇਰੇ ਮਿੱਤਰੋ। ਆਹ ਦੇਖੋ ਖੇਡ ਮੈਦਾਨ ਦੇ ਵਿੱਚ ਲੱਗਿਆ ਹੋਇਆ ਜ਼ੋਰ, ਕਿ ਜ਼ੋਰ ਬੜਾ ਬਸ਼ਰਮ ਹੁੰਦਾ ਹੈ, ਆਪਣੀ ਕਹਾਣੀ ਆਪ ਰਾਜਾਂ ਦਾ ਹੈ। ਲਓ ਮਨਦੀਪ ਸਿੰਘ ਨੌਜਵਾਨ ਕਬੱਡੀ ਪਾ ਰਿਹਾ ਹੈ ਤੇ ਮਾਈਕ ਤੇ ਗੁਰਚਰਨ ਸਨੇਰ ਜੀ ਗੱਲ ਕਰਨਗੇ। ਸਾਹਮਣੇ ਮਨਦੀਪ ਦੀ ਕਬੱਡੀ ਪੈ ਰਹੀ ਹੈ, ਇੱਧਰ ਜਾਫੀ 4 ਹੈ, ਵਕੀਲਾਂ ਵਾਲੇ ਦਾ ਸੋਨੀ ਖੜਾ ਇੱਕ ਪਾਸੇ, ਇੱਕ ਪਾਸੇ ਗਗੜੇ ਵਾਲਾ ਬਿੱਲਾ ਨਾਲ ਕੀਪਾ ਤੇ ਉਹ ਦੇਖੋ ਸਾਹਮਣੇ ਨੌਜਵਾਨ ਨੇ ਕਹਿੰਦੇ ਗਿੱਟਾ ਚੱਕਿਆ, ਪਰ ਉਧਰ ਕੋਟ ਕਰੋੜ ਵਾਲਾ ਸੱਚੀ ਬੋਲੀ ਬੋਲਿਆ ਵੀ ਨੰਬਰ ਜੋਗੇ ਵਾਲੀ ਦੀ ਟੀਮ ਦੇ ਹਿੱਸੇ ਜਾ ਜੁੜਿਆ। ਆ ਵੀ ਨੌਜਵਾਨਾਂ ਪਾ ਕਬੱਡੀ ਆ ਗਿਆ ਹਰਦਿਆਲ ਹਰਦਾਸੇ ਵਾਲਾ, ਕਿ ਪਿਓ ਭਰਪੂਤ ਨਸਲ ਪਰ ਘੋੜਾ ਬਹੁਤਾ ਨੀ ਤੇ ਥੋੜਾ ਥੋੜਾ, ਪਿਓ ਭਰਪੂਰਤ ਨਸਲ ਪਰ ਘੋੜਾ ਬਹੁਤਾ ਨੀ ਤੇ ਥੋੜਾ ਥੋੜਾ। ਹਰਦਿਆਲ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਜਾਂ ਫਿਰ 4 ਤੇ ਦੇਖੋ ਥੰਦਿਆਂ ਵਾਲਾ ਲੱਗਦਾ, ਜਾਂ ਫਿਰ ਜੰਟਾ ਲੱਗਦਾ, ਜਾਂ ਫਿਰ ਦੇਖੋ ਸਾਹਮਣੇ ਕੌਣ ਡਬਲ ਟੱਚ ਹੋ ਗਿਆ, ਇਕੱਲੇ ਨੂੰ ਨਾ ਇਕੱਲੀ ਟੱਕਰੀ ਗੱਲ ਉਹ ਬਣੀ ਪਈ ਹੈ ਖੇਡ ਦੇ ਮੈਦਾਨ ਦੇ ਵਿੱਚ, ਨੰਬਰ 22 ਦਾ। ਲਓ ਅਗਲੀ ਕਬੱਡੀ ਆ ਗਿਆ ਮਹਿੰਦੀ ਨੌਜਵਾਨ ਮਨਾਤੀਆਂ ਵਾਲਾ, ਅਗਲੀ ਕਬੱਡੀ ਪਾਉਣ ਦੇ ਲਈ ਤੇ ਰਾਜ ਛੇੜੋ ਕਹਾਣੀ ਮੁੰਡੇ ਦੀ। ਲਓ ਮਹਿੰਦੀ ਨੌਜਵਾਨ ਮਨਾਤੀਆਂ ਕਲਾਂ ਵਾਲਾ ਕਬੱਡੀ ਪਾਣੇ ਹੈ। ਕਿਸੇ ਵੀ ਵੀਰ ਦੇ ਕੋਲ ਬੁਲਟ ਮੋਟਰਸਾਈਕਲ ਹੋਵੇ ਉਹ ਗਰਾਊਂਡ ਦੇ ਇੱਕ ਸੈਂਡ ਤੇ ਲੈ ਕੇ ਆ ਜਾਵੇ ਮੇਰੇ ਵੀਰ, ਇਕੱਲੇ ਬਿਲਾਸਪੁਰੀ ਨੇ ਕੰਨਾਂ ਦੇ ਨਾਲ ਖਿੱਚਣਾ ਹੈ। ਇਧਰਲੇ ਪਾਸੇ ਮਹਿੰਦੀ ਦੀ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ ਪਰ ਕੀਪੇ ਦੇ ਨਾਲ ਹੱਥ ਜੋੜੀਆਂ ਹੋ ਗਈਆਂ ਹੈ। ਇਧਰਲੇ ਪਾਸੇ ਗੀਤਾ ਕੋਟ ਕਰੋੜੀਆ ਦੱਸਦਾ ਹੈ ਵੀ ਪੁਆਇੰਟ 22 ਦੇ ਖੱਤ ਵਿੱਚ ਜੁੜ ਗਿਆ ਹੈ। 13 ਤਰੀਕ ਸ਼ਾਮ ਵਾਲੇ ਦੇ ਕਬੱਡੀ ਕੱਪ ਦੀ ਤੇ 6 ਤਰੀਕ ਉਮਰੀਆਣੇ ਦੇ ਕਬੱਡੀ ਕੱਪ ਦੀਆਂ ਡੇਟਾਂ ਨੇ ਮੇਰੇ ਵੀਰੋ। ਵਜਨੀ ਕਬੱਡੀ ਦੀਆਂ ਦੋਨੇ ਟੀਮਾਂ ਨੂੰ ਲਾਸਟ ਘਾਲ ਹੈ, 1 ਮਿੰਟ ਤੋਂ ਪਹਿਲਾਂ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ।
ਦੋਨਾਂ ਟੀਮਾਂ ਨੂੰ ਲਾਸਟ ਕਾਲ ਹੈ ਕਬੱਡੀ 70 ਕਿਲੋ ਦੀਆਂ ਫਾਈਨਲ ਦੀਆਂ ਟੀਮਾਂ ਯੰਦ ਗਰਾਊਂਡ ਦੇ ਵਿੱਚ ਆਉਣ ਮੇਰੇ ਵੀਰ ਲਓ ਸੁੱਖਾ ਨੌਜਵਾਨ ਰਾਜਾਂ ਵਾਲੀ ਆ ਕਬੱਡੀ ਪਾ ਰਹੇ ਹੈ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਹੈ ਕਿ ਬੋਰੀਆਂ ਨਚੋੜੀਆਂ ਤੇ ਰੱਸੇ ਬੜੇ ਚੜੇ ਆ ਕਾਰ ਦੀ ਜੋ ਦੁੱਧ ਪੀਤਾ ਮਲਾਈ ਸਣੇ ਕੜਿਆ ਓਏ ਕੌਣ ਜਾਊ ਭੱਜ ਕੌਣ ਜਾਊ ਫੜਿਆ ਲੱਖ ਲੱਖ ਦੀ ਕਬੱਡੀ ਅੱਜ ਪਾਉਣਗੇ ਕੱਲੇ ਕੱਲੇ ਮਿੱਤਰੋ ਜੱਫਾ ਜਿਹੜੇ ਜਿਹੜੇ ਜਾਫੀ ਨੇ ਲਾਤਾ ਹੋ ਜਾਣੀ ਆ ਬੱਲੇ 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 ਮਿੱਤਰੋ ਉਧਰ ਸਰਦਾਰ ਕਾਬਲ ਸਿੰਘ ਜੀ ਸੰਧੂ ਸਾਹਿਬ ਕਹਿੰਦੇ ਨਾ ਇੰਟਰਨੈਸ਼ਨਲ ਕਬੱਡੀ ਦਾ ਸਟਾਰ ਇਸ ਇਲਾਕੇ ਦਾ ਮਾਣ ਉਹਨਾਂ ਦੇ ਫਾਦਰ ਸਾਹਿਬ ਵੱਡਾ ਮਾਣ ਕਰ ਰਹੇ ਹੈ ਇਸ ਟੀਮ ਜੋਗੇ ਵਾਲੀ ਦਾ ਆਪਣੀ ਟੀਮ ਦਾ ਵੱਡਾ ਮਾਣ ਸਨਮਾਨ ਕਰ ਰਹੇ ਆਪਾਂ ਧੰਨਵਾਦ ਕਰਾਂਗੇ ਲਓ ਸਾਹਮਣੇ ਗਗੜੇ ਵਾਲਾ ਬਿੱਲਾ ਤੇ ਹੱਥ ਪਾਉਂਦਾ ਨੀ ਉਹ ਢਿੱਲਾ ਜੱਫੇ ਘਰਾਰੇ ਲਾਉਂਦਾ ਜੱਫੇ ਠੋਕ ਠੋਕ ਕੇ ਲਾਉਂਦਾ ਧਰਮਕੋਟ ਦਾ ਲੱਖਾ ਕਬੱਡੀ ਪਾ ਰਿਹਾ ਹੈ ਕੋਈ ਛੀਣੀ ਮਾਂ ਨੇ ਸ਼ੇਰ ਪੁੱਤ ਜੰਮਿਆ ਥਾਂਦੇ ਵਾਲੀਆ ਵੀ ਡੱਕ ਕੇ ਦਿਖਾਓ ਮੁੰਡੇ ਨੂੰ ਹੈ ਕੋਈ ਛੀਣੀ ਮਾਂ ਦਾ ਸ਼ੇਰ ਪੁੱਤ ਆਓ ਸਾਹਮਣੇ ਹੋ ਗਿਆ ਮੂਰੇ ਲੱਗ ਜੂ ਪਤਾ ਸੱਜੇ ਖੱਬੇ ਉੱਤੇ ਥੱਲੇ ਬੱਲੇ 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 ਧਰਮਕੋਟੀਆ ਤੇ ਧਰਮਕੋਟੀਆ ਹੀ ਹੈ ਮੈਚ ਸਿਰੇ ਦਾ ਦੋਨਾਂ ਟੀਮਾਂ ਦੇ ਦਰਮਿਆਨ ਤੇ ਸਿਰੇ ਦੇ ਮੈਚ ਹੋਣਗੇ ਮਾਨ ਸਨਮਾਨ ਬੈਸਟ ਰੇਡ ਤੇ ਜਾਫੀਆਂ ਦੇ ਵੀ ਕੀਤੇ ਜਾਣਗੇ 13 ਤਰੀਕ ਹੈ ਸ਼ਾਹ ਵਾਲਾ ਧੰਨ ਧੰਨ ਬਾਬਾ ਕਾਲਾ ਮਹਿਰ ਦੀ ਧਰਤੀ ਗੁਰਸੇਵ ਸਿੰਘ ਜੀ ਪ੍ਰਧਾਨ ਸੱਦੇ ਦੇ ਰਹੇ ਹੈ 6 ਤਰੀਕ ਭੱਜੀ ਆਉਂਦੀ ਹੈ ਉਮਰੀਆਂ ਨੇ ਪਿੰਡ ਦੇ ਵਿੱਚ ਰੌਣਕਾਂ ਲੱਗਣਗੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮ ਦਿਨ ਉਹਨਾਂ ਦੇ ਪਿਆਰ ਉਹਨਾਂ ਦੀ ਖੁਸ਼ੀ ਦੇ ਵਿੱਚ ਜਿਹੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਉਹ ਸਾਹਮਣੇ ਕਬੱਡੀ ਪੈ ਰਹੀ ਹੈ ਤੇ ਜਾਫੀ 4 ਰਵੀ ਰਾਜਾ ਦੇ ਸੁਨੇਹਾ ਲੋਕਾਂ ਨੂੰ ਲਾਂਬੇ ਦਰਲੇ ਪਾਸੇ ਦੇਖੀਏ ਵੀ ਲੁੱਧਰ ਨੌਜਵਾਨ ਇਸ ਸਮੇਂ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਨੌਜਵਾਨ ਬਾਬਾ ਬੁੱਢਾ ਕਲੱਬ ਰਵਿਦਾਸ ਦੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਹੈ ਲਓ ਸੁੱਖਾ ਜਿਉਣ ਵਾਲੀ ਆ ਕਬੱਡੀ ਪਾਉਣ ਦੇ ਲਈ ਵਾਧਾ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਮੇਰੇ ਵੀਰੋ 4 ਜਾਫੀਆਂ ਦੇ ਵਿੱਚੋਂ ਦੇਖਾਂਗੇ ਇੱਕ ਕਣੀ ਦੇ ਗੁਲਾਬਾਂ ਹੈ ਇੱਕ ਕਣੀ ਦੇ ਗਿੰਦਰ ਥੰਦ ਗਿਆ ਨੌਜਵਾਨ ਨਾਲ ਖਡੂਰ ਸਾਹਿਬ ਵੀ ਏਜੰਟਾ ਹੈ ਲਓ ਦੇਖਾਂਗੇ 4 ਜਾਫੀ ਚਾਹਾਂ ਦੇ ਵਿੱਚੋਂ ਕੌਣ ਡੱਕੂ ਕੌਣ ਰੱਖੂ ਤੇ ਕਿਹੜਾ ਘਰਾਊ ਬੱਲੇ ਬੱਲੇ ਐਨ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਆਏ ਗਿੰਦਰ ਥੰਦ ਗਿਆ ਨੌਜਵਾਨ ਪਰ ਇਧਰਲੇ ਪਾਸੇ ਦੇਖੀਏ ਪੁਆਇੰਟ ਜਿਹੜਾ ਜੋਗੇ ਵਾਲੇ ਦੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਹੈ ਚੱਲ ਵੀ ਮਨਦੀਪ ਸਿਆ ਨੌਜਵਾਨ ਆਪਾਂ ਕਬੱਡੀ ਕਿ ਮੁੜ ਕੋ ਮੁੜ ਕੀ ਹੋ ਗਏ ਲੱਗਿਆ ਜ਼ੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁੱਭਦਾ ਜਿਸਮ ਕਠੋਰ ਚੋਬਰਾਂ ਦਾ ਚੜੀ ਜਵਾਨੀ ਗਰਮ ਖੂਨ ਮੁੰਡਿਆਂ ਦਾ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਬਦਾਨੋ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਮਰਦ ਬਦਾਨੋ ਡਰ ਕੇ ਨਹੀਂ ਭੱਜਦੇ ਲਓ ਬੜਾ ਤਕੜਾ ਮੈਚ ਦੋਨਾਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਜਿਹੜੀ ਨੇ ਜਿੱਤਣਾ ਉਹਨੇ ਫਾਈਨਲ 41,000 ਤੇ 31,000 ਦੇ ਲਈ ਕਹਿੰਦੇ ਪੂਰੀ ਜੱਦੋਜਹਿਦ ਕਰਨੀ ਹੈ ਪਰ ਜਿਹੜੀ ਟੀਮ ਮੈਚ ਲੂਜ ਕਰਦੀ ਹੈ ਉਹਦੇ ਲਈ 15,000 ਰੁਪਏ ਦਾ ਪਾਰਟਿਸਪੇਟ ਹੈ ਆਪਾਂ ਧੰਨਵਾਦ ਕਰਾਂਗੇ ਪ੍ਰਬੰਧਕਾਂ ਦਾ ਲਓ ਸਾਹਮਣੇ ਹਰਿਆਲ ਦੀ ਕਬੱਡੀ ਤੇ ਦੂਜੇ ਪਾਸੇ ਉਹ ਬੱਲੇ ਬੱਲੇ ਖਡੂਰ ਸਾਹਿਬ ਵਾਲਿਆ ਰਾਤੀ ਬੱਲੇ ਬੱਲੇ ਇੱਕ ਲੱਤ ਤਾਂ ਤੇ ਦੂਜੀ ਥੱਲੇ ਕਰਵਾਤੀ ਬੱਲੇ ਬੱਲੇ ਇੱਕ ਲੱਤ ਤਾਂ ਤੇ ਦੂਜੀ ਥੱਲੇ ਲਵ ਹਰਦਿਆਲ ਸਿੰਘ ਨੌਜਵਾਨ ਨੇ ਪਾਈ ਸੀ ਕਬੱਡੀ ਮੇਰੇ ਵੀਰੋ ਇਧਰਲੇ ਪਾਸੇ ਲਓ ਮਹਿੰਦੀ ਨੌਜਵਾਨ ਕਬੱਡੀ ਪਾ ਰਿਹਾ ਹੈ ਕਿ ਜਿਹੜੀ ਮਹਿੰਦੀ ਰੰਗ ਨਾ ਦੇਵੇ ਉਹਦਾ ਕੀ ਹੈ ਲਾਉਣਾ ਜਿੱਥੇ ਗਿਆਂ ਦੀ ਕਦਰ ਨਾ ਹੋਵੇ ਉੱਥੇ ਕਾਹਦਾ ਆਉਣਾ ਜਾਣਾ ਤੰਦਰੁਸਤੀਆਂ ਰੱਖੇ ਮਾਲਕ ਕੁਝ ਨਹੀਂ ਪੈਸੇ ਧੇਲੇ ਓਏ ਮਰਦਾਂ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ ਉਧਰ ਭਿੰਦਾ ਕੋਟ ਰੋਡ ਦਾ ਜਿਹਦੀਆਂ ਕਬੱਡੀਆਂ ਨੇ ਦੁਨੀਆ ਛਦਾਈ ਕੀਤੀ ਗੱਲਾਂ ਸਮੇਂ ਦੀਆਂ ਅੱਜ ਅਫੀਸ਼ੀਅਲ ਦੀਆਂ ਸੇਵਾਵਾਂ ਦੇ ਰਹੇ ਹੈ ਜੱਕਤਲੀ ਬਿੱਲਾ ਹੈ ਅਜਮੇਰ ਹੈ ਨਾਲ ਬਾਈ ਬੂਟਾ ਹੈ ਸਾਰੇ ਭਰਾਵਾਂ ਦਾ ਧੰਨਵਾਦ ਹੈ ਛੋਟਾ ਵੀਰ ਬੂਟਾ ਉਮਰੀਆਣਾ ਰਾਜਵੀਰ ਸਿੰਘ ਵਾਲਾ ਹੈ ਜਲ ਵਾਲੇ ਬਾਬਾ ਜੀ ਉਹਨਾਂ ਦਾ ਧੰਨਵਾਦ ਹੈ ਤੇ ਸਕੋਰ ਵੀਰਾਂ ਦਾ ਧੰਨਵਾਦ ਹੈ ਸੁੱਖਾ ਰਾਜਾਂ ਵਾਲ ਦਾ ਘੁੰਘਰਾਲੇ ਦੇ ਵਾਲ ਤੇ ਦੂਜੇ ਪਾਸੇ ਕੌਣ ਹੈ ਇਹ ਤੇ ਕੋਟ ਕੋਟ ਦਾ ਗੀਤਾ ਕਹਿੰਦਾ ਵੀ ਗੁਲਾਬਾ ਤੇ ਗੁਲਾਬਾ ਹੀ ਹੈ ਕਿਸੇ ਗੱਲ ਨੂੰ ਹੀ ਆਇਆ ਹੁਣ ਮੈਚ ਦੇ ਵਿੱਚ ਥੋੜਾ ਇੰਟਰਸਟ ਹੋਰ ਬਣ ਗਿਆ 70 ਕਿਲੋ ਭਾਰ ਦੀਆਂ ਟੀਮਾਂ ਬਾਹਰਲੇ ਪਾਸੇ ਤਿਆਰ ਇਸ ਤੋਂ ਬਾਅਦ ਫਰੈਂਡ ਕਬੱਡੀ ਕਲੱਬ ਜੀਰਾ ਤੇ ਜੋਗੇਵਾਲ ਦਾ ਇੱਕ ਸ਼ੋ ਮੈਚ ਉਹ ਚਲਾਈ ਹੋਈ ਪਰੰਪਰਾ ਉਸੇ ਤਰ੍ਹਾਂ ਕਾਇਮ ਰਹੂਗੀ ਲਓ ਸਾਹਮਣੇ ਕਬੱਡੀ ਪਾ ਰਿਹਾ ਹਰਮਨ ਤੇ ਰਾਜ ਛੇੜਕਾਣੀ ਲਾਵੇ ਧਰਲੇ ਪਾਸੇ ਦੇਖਦੇ ਵੀ ਲੁੱਧਰ ਨੌਜਵਾਨ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਸੋਨੀ ਹੈ ਨੌਜਵਾਨ ਇੱਕ ਪਾਸੇ ਨਾਲ ਕਾਲਾ ਮਾਨਕਪੁਰੀਆ ਕਾਫੀ ਲੰਮਾ ਪੈਂਡਾ ਤੈਅ ਕਰਕੇ ਪੁੱਜਿਆ ਪਰ ਇਧਰਲੇ ਪਾਸੇ ਹੱਥ ਜੋੜੀਆਂ ਮਾਨਕਪੁਰੀਏ ਕਾਲੇ ਨਾਲ ਹੋ ਗਈਆਂ ਪਰ ਇਧਰਲੇ ਪਾਸੇ ਲੁੱਧਰ ਦੇ ਕਾਲਾ ਕਾਲਾ ਲੁੱਧਰ ਬੱਲੇ 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 ਵਾਹ ਨੌਜਵਾਨਾਂ ਨਹੀਂ ਰੀਸਾਂ ਪਰ ਆ ਦੇਖੋ ਪੁਆਇੰਟ ਧਾਮੀ ਦੇ ਖੱਤ ਵਿੱਚ ਜੁੜ ਗਿਆ ਉਧਰ ਸਾਡੇ ਮੋਰ ਕੂਕਾ ਜੀ
ਉਹਨਾਂ ਵੱਲੋਂ 500 ਰੁਪਇਆ ਜੋਗੇਵਾਲ ਦੀ ਟੀਮ ਦੇ ਲਈ ਪੁੱਜਿਆ ਹੈ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਤੇ ਲੰਬੀਆਂ ਭਰਾ ਬਖਸ਼ੇ। ਹੋਰ ਕੂਕਾ ਜੀ 500 ਰੁਪਇਆ ਭੇਜਦੇ ਹੈ। ਮਾਣ ਇਹ ਸਨਮਾਨ ਹੈ ਕਬੱਡੀ ਦੇ ਖਿਡਾਰੀਆਂ ਦਾ। ਆਓ ਸਾਹਮਣੇ ਦੇਖੋ ਕਬੱਡੀ ਪੈ ਰਹੀ ਹੈ ਮੇਲਾ ਬਾਬੇ ਝੱਲੀ ਵਾਲੇ ਦਾ। ਇਹ ਦੂਜੇ ਪਾਸੇ ਫੜਿਆ ਮੋਟਾ ਪੱਟ ਬੱਲੇ 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 ਭੀਮ 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 ਸੈਂ। ਇਹ ਤਾਂ ਭੀਮ ਹੈ, ਇੱਕ ਮਹਾਭਾਰਤ ਵਾਲਾ ਜਿਹਦੇ ਹਾਥੀ ਚਲਾਏ ਅਜੇ ਵਾਪਸ ਨਹੀਂ ਆਏ ਗੁਰਚਰਨ ਸੁਨੇਰ ਜੀ। ਇਹ ਨੌਜਵਾਨ ਕੁਲਵੰਤ ਸਿੰਘ ਕਾਹਲੋਂ ਦਾ ਪੁੱਤ ਹੈ। ਇੱਧਰ ਮਨਦੀਪ ਨੌਜਵਾਨ ਫੇਰ ਕਬੱਡੀ ਪਾ ਰਿਹਾ ਹੈ। ਖੇਡ ਮੈਦਾਨ ਦੀ ਕਬੱਡੀ ਪੈ ਚੁੱਕੀ ਹੈ। ਚਾਰ ਜਾਫਿਆਂ ਦੇ ਵਿੱਚੋਂ ਦੇਖਾਂਗੇ ਹੁਣ ਕਿਹੜਾ ਨੌਜਵਾਨ ਇਸ ਸਮੇਂ ਡੱਕ ਪਾਵੇਗਾ, ਕਿਹੜਾ ਰੱਖ ਪਾਵੇਗਾ ਕਿ ਮੁੱਲ ਪੈਣ ਸਰੀਰਾਂ ਦੇ। ਮਿਹਨਤਾਂ ਲਾਉਂਦੇ ਜਿਹੜੇ ਉੱਠ ਕੇ ਉਹ ਧਨ ਜ਼ੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ। ਇਹ ਅੜੀਅਲ ਘੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ। ਰਾਜੇ ਖੇਲੇ ਹੱਟ ਪਿੱਛੇ ਉਹ ਲੁੱਡੀਆਂ ਪਾਉਂਦੀ ਫਿਰੇ ਜਵਾਨੀ। ਬਿੱਲਾ 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 ਬੱਲੇ 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 ਰਾਤੇ ਦੇਖੇਗੀ ਨਿੰਮ ਤੇ ਕਰੇਲਾ ਕਿੱਦਾਂ ਚੜਦਾ ਤੂੰ ਆਪੇ ਦੇਖੇਗੀ। ਐ ਚੜਾਉਂਦੇ ਬਗਾਨੇ ਪਦਵਾਈ ਇਹ ਸਵਾਦ ਹੈ ਤੇ ਤਾੜੀਆਂ ਮਾਰ ਦਿਓ, ਤਾੜੀਆਂ ਮਾਰ ਦਿਓ। ਸੁੱਖ ਹੈ ਜਾਣ ਵਾਲੇ ਪਿੰਡ ਦਾ, ਬਾਬੇ ਫਰੀਦ ਦੀ ਧਰਤੀ ਹੈ। ਉਹ ਸਾਹਮਣੇ ਫਰੀਦਕੋਟ ਦਾ ਏਰੀਆ ਹੈ। ਨਿਰਮਲ ਸਿੰਘ ਸੰਘਿਓ ਨੀ ਵੱਡਾ ਕਬੱਡੀ ਕੱਪ ਕਰਾਉਂਦੇ ਹੈ, ਉਸੇ ਏਰੀਏ ਦਾ ਮੁੰਡਾ ਕਹਿੰਦੇ ਕਬੱਡੀ ਪਾ ਰਿਹਾ ਹੈ। ਗਲਾਬੇ ਨੇ ਪਹਿਲਾਂ ਵੀ ਜਫਾ ਲਾਇਆ ਥੰਦਿਆਂ ਵਾਲਿਆ ਹੋ ਜਾ ਮੂਰੇ ਗਿੰਦਰ ਤੇ ਦੂਜੇ ਪਾਸੇ ਸੁੱਖਾ ਸੁੱਖਾ ਪ੍ਰੀਟੀਅਮ ਦੇ ਹਿੱਸੇ ਨੰਬਰ ਜੋੜ ਗਿਆ। ਚੱਲ ਵੀ ਗੱਭਰੂ ਆਪਾ ਕਬੱਡੀ ਤੇ ਰਾਜ ਆਓ ਨੌਜਵਾਨਾਂ ਲਾਂਬੇ ਦਰਲੇ ਪਾਸੇ ਦੇਖੀਏ ਵੀ ਮਹਿੰਦੀ ਨੌਜਵਾਨ ਮੁੰਡਿਆਂ ਦੀਆਂ ਕਲਾਂ ਵਾਲਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ। ਲਓ ਸਾਹਮਣੇ ਕਬੱਡੀ ਪੈ ਚੁੱਕੀ, ਸਿੱਖੀ ਵੀ ਕੈਮ ਤੇ ਕਬੱਡੀ ਵੀ ਕੈਮ, ਦੋ ਦੋ ਕਬੱਡੀਆਂ ਨੇ ਇਸ ਮੈਚ ਦੀਆਂ ਮੇਰੇ ਵੀਰਿਓ। ਇਧਰਲੇ ਪਾਸੇ ਮੁੰਡਿਆਂ ਦੀਆਂ ਕਲਾਂ ਵਾਲਾ ਕਬੱਡੀ ਪਾ ਰਿਹਾ ਹੈ। ਉਧਰ ਸੁਖਦੇਵ ਸਿੰਘ ਜੀ ਖੋਸਾ ਸਾਹਿਬ ਇਹਨਾਂ ਮੈਚਾਂ ਦਾ ਆਨੰਦ ਮਾਣਦੇ ਨੇ, ਵੱਡਾ ਧੰਨਵਾਦ ਹੈ। ਹਰਦਿਆਲ ਹਰਦਾਸੇ ਵਾਲਾ ਕਬੱਡੀ ਪਾਵੇਗਾ, ਪਰ ਗੀਤਾ ਕੋਡ ਕਰੋੜੀਆ ਦੱਸਦਾ ਹੈ ਵੀ ਇਹਨਾਂ ਕਬੱਡੀਆਂ ਤੇ ਹੁਣ ਮੈਚ ਸਮਾਪਤੀ ਵੱਲ ਨੂੰ ਵੱਧ ਜਾਣਾ ਹੈ। ਲਓ ਹਰਦਾਸੇ ਵਾਲੇ ਦੀ ਪਈ ਹੋਈ ਕਬੱਡੀ ਤੇ ਗਿੰਦਰ ਥਾਂਦੇ ਵਾਲਾ ਬੱਲੇ 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 ਵਾਹ, ਤਾੜੀ ਮਾਰ ਦਿਓ ਇੱਕ ਵਾਰੀ ਹਰਦਿਆਲ ਦੇ ਲਈ। ਕੋਈ ਗੱਲ ਨੀ, ਕੋਈ ਗੱਲ ਨੀ, ਪਿਆਰ ਦੇ ਨਾਲ ਕੋਈ ਗੱਲ ਨੀ, ਥਾਂਦੇ ਵਾਲੇ ਆ ਗਿੰਦਰ, ਕੋਈ ਗੱਲ ਨੀ। ਆਖਰੀ ਕਬੱਡੀ ਇਸ ਮੈਚ ਦੀ ਪੈ ਰਹੀ ਮੇਰੇ ਮਿੱਤਰੋ, ਇਸ ਤੋਂ ਬਾਅਦ ਫਾਈਨਲ ਮੈਚ ਹੀ ਖੇਡਿਆ ਜਾਣਾ। ਮੈਚ ਸਮਾਪਤ ਲਵੀ ਕਿਹਦੇ ਕਿੰਨੇ ਕਿੰਨੇ ਨੰਬਰ ਆਪਾਂ ਦੱਸੀਏ, ਸੰਗਤ ਰੂ ਦੇ ਨਾਲ ਹੀ ਆ ਜਾਓ 70 ਕਿਲੋ ਦੀਆਂ ਟੀਮਾਂ। ਤੇ ਉਸ ਤੋਂ ਬਾਅਦ ਇੱਕ ਮੈਚ ਜਿਹੜਾ ਸ਼ੋ ਮੈਚ ਕਰਾਇਆ ਜਾਣਾ, ਦੋਨੋਂ ਟੀਮਾਂ ਆਪਣੀ ਤਿਆਰੀ ਕਰ ਲੈਣ। ਕਹਿਲਾ ਬਲਾਸਪੁਰੀਆ ਕੰਨਾਂ ਦੇ ਨਾਲ ਮੋਟਰਸਾਈਕਲ ਖਿੱਚੇਗਾ, ਬਾਬਾ ਬੁੱਢਾ ਜੀ ਕਲੱਬ ਰਮਦਾਸ ਦੇ ਨੰਬਰ 17 ਤੇ ਜੋਗੇ ਵਾਲੇ ਦੇ ਨੰਬਰ 30.5। ਜੋਗੇਵਾਲ ਦੀ ਟੀਮ ਫਾਈਨਲ ਮੈਚ ਖੇਡੇਗੀ।